ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਇੰਤਜ਼ਾਰ ਦੀਆਂ ਕੜੀਆਂ ਖਤਮ ਔਰ ਜੀਤਾ ਜੇਲਦਾਰ ਜੀ ਤੁਹਾਡੇ ਰੂਬਰੂ ਕਰਦੇ ਹਾਂ ਸਤਿਕਾਰ ਸਹਿਤ ਸਾਰੇ ਦੋਸਤਾਂ ਦਾ ਧੰਨਵਾਦ ਡਾਇਮੰਡ ਕਲਚਰ ਕਲੱਬ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਧੰਨਵਾਦ ਔਰ ਸਾਰੇ ਜਿੰਨੇ ਵੀ ਦੋਸਤ ਪੁੱਜੇ ਨੇ ਇੰਡੋ ਕੈਨੇਡੀਅਨ ਦੇ ਪ੍ਰਧਾਨ ਸਾਹਿਬ ਔਰ ਸਾਰੇ ਮੈਂਬਰਾਂ ਵੱਲੋਂ ਮੋਸਟ ਮੋਸਟ ਵੈਲਕਮ ਕਰਦੇ ਹੋਏ ਸੋ ਇੰਤਜ਼ਾਰ ਦੀਆਂ ਕੜੀਆਂ ਖਤਮ ਤੁਹਾਡੇ ਰੂਬਰੂ ਕਰਦੇ ਹਾਂ ਜੀਤਾ ਰੈਸਟੋਰੈਂਟ ਵਾਲੇ ਪੁੱਜੇ ਨੇ ਧੰਨਵਾਦ ਹਾਂ ਲੱਖਾਂ 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 ਔਰ ਹੈਪੀਨੈਸ ਗੌਰੀ ਦਾ ਧੰਨਵਾਦ ਹੈਪੀਨੈਸ ਗੌਰੀ ਦਾ ਧੰਨਵਾਦ ਸੋ ਸਤਿਕਾਰ ਸਹਿਤ ਮੋਸਟ ਵੈਲਕਮ ਦੇਵੇ ਗਹਰਾਈਆਂ ਜੋ ਨਿੱਘਾ ਸਵਾਗਤ ਪਿਆਰ ਦੀ ਉਹ ਬੁਲੰਦ ਆਵਾਜ਼ ਪਿਆਰ ਦਾ ਉਹ ਪਿਆਰ ਦਿਲਾਂ ਦਾ ਸਤਿਕਾਰ ਸੱਭਿਆਚਾਰਕ ਦਾ ਅੰਗ ਔਰ ਤੁਹਾਡੇ ਰੂਬਰੂ ਜੀਤਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵੈਰੀ ਗੁੱਡ ਜਿਹੜੇ ਦੂਰ ਤੁਸੀਂ ਬੈਠੇ ਹੋ ਹੁਣ ਗਰਮੀ ਘਟ ਗਈ ਹੈ ਨੇੜੇ ਆ ਜਾਓ ਸੋ ਮੇਲਾ ਪੂਰਾ ਪੈਕ ਲੱਗੇ ਫੈਂਸ ਦੇ ਅੰਦਰ ਆ ਲੈਣ ਦਿਓ ਮੁੰਡਿਆਂ ਨੂੰ ਕੋਈ ਗੱਲ ਨਹੀਂ ਜਿਹੜੇ ਫੈਂਸ ਦੇ ਬਾਹਰ ਫੈਂਸ ਦੇ ਅੰਦਰ ਟਿਕਟਾਂ ਲਾਈਆਂ ਕੀ ਵੇਚੀਆਂ ਕੀ ਚੱਕਰ ਹੈ ਹੈ ਇਹ ਜਿਹੜੇ ਬਾਹਰ ਖੜੇ ਇਹਨਾਂ ਨੂੰ ਫੈਂਸ ਦੇ ਅੰਦਰ ਵਾੜ ਦਿਓ ਪੂਰੀ ਫੁੱਲ ਕਰ ਦਿਓ ਉੱਥੇ ਤੱਕ ਐਨ ਪੈਕ ਆ ਜਾਓ ਅੰਕਲ ਕੋਈ ਨਹੀਂ ਹੌਲੀ ਹੌਲੀ ਲੰਘਿਓ ਫੈਂਸ ਸਾਈਡ ਤੇ ਕਰਕੇ ਛੋਟੇ ਭਾਈ ਬਹੁਤ ਸਾਰੇ ਖੜੇ ਨੇ ਬਜ਼ੁਰਗ ਖੜੇ ਨੇ ਅੱਗੇ ਆ ਜਾਓ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਸਹੀ ਜਗ੍ਹਾ ਤੇ ਬੈਠੇ ਆ ਆਪਾਂ ਤਸੱਲੀ ਨਾਲ ਪ੍ਰੋਗਰਾਮ ਸ਼ੁਰੂ ਕਰਨਾ ਕਾਹਲੀ ਕੋਈ ਨਹੀਂ ਕਿਉਂਕਿ ਟਾਈਮ ਹੈਗਾ ਪੂਰਾ ਕਿ ਨਹੀਂ ਛੇਤੀ ਬੰਦ ਕਰਾ ਦੇਣਗੇ ਫਿਰ ਮੈਨੂੰ ਤਸੱਲੀ ਨਾਲ ਸ਼ੁਰੂ ਕਰਨ ਦਿਓ ਸਭ ਤੋਂ ਪਹਿਲਾਂ ਜਿਹੜੇ ਵੀਰ ਬਾਈ ਜੋਧਾ ਚੱਕਰ ਤੋਂ ਬਾਈ ਸੁੱਖਾ ਸ਼ੇਰਪੁਰ ਹਰਵਿੰਦਰ ਤੂਰ ਇੰਡੋ ਕੈਨੇਡੀਅਨ ਯੂਥ ਕਲੱਬ ਅਤੇ ਤੁਹਾਡਾ ਸਭ ਦਾ ਜਿੰਨੇ ਵੀ ਐਬਸਫੋਰਡ ਨਿਵਾਸੀ ਨੇ ਜਿੰਨੇ ਵੀ ਆਸੇ ਪਾਸੇ ਦੇ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਹੋ ਫੋਨ ਕਰਨ ਵਾਲੇ ਤੁਸੀਂ ਫੋਨ ਬੰਦ ਕਰੋ ਏ ਸਾਡੇ ਮੇਰੇ ਸਤਿਕਾਰਯੋਗ ਵੱਡੇ ਭਾਅ ਜੀ ਹਰਜੀਤ ਸਿੰਘ ਗਿੱਲ ਜੀ ਸ਼ੇਰੇ ਪੰਜਾਬ ਰੇਡੀਓ 'ਤੇ ਤੁਸੀਂ ਅਕਸਰ ਉਹਨਾਂ ਨੂੰ ਗਾਹ ਪਾਉਂਦਾ ਦੇਖਦੇ ਹੋ ਉਹਨਾਂ ਦੀਆਂ ਗੱਲਾਂ ਬੜੀਆਂ ਕਰਾਰੀਆਂ ਹੁੰਦੀਆਂ ਠੇਠ ਪੰਜਾਬੀ ਵਾਲੀਆਂ ਸੋ ਭਾਅ ਜੀ ਬਹੁਤ ਧੰਨਵਾਦ ਭਿੰਦਾ ਭਾਅ ਜੀ ਸਾਡੇ ਗਰਚਾ ਸਾਹਿਬ ਹੈਪੀ ਬਾਈ ਜੀ ਮੰਗਲ ਸਾਡੇ ਭਾਅ ਜੀ ਅਤੇ ਹਰਜਿੰਦਰ ਸਿੰਘ ਬਾਈ ਹੈਰੀ ਸੰਧੂ ਭਾਅ ਜੀ ਇੱਧਰ ਆਓ ਪਹਿਲਾਂ ਜਿਹੜਾ ਮੋੜ 'ਤੇ ਬਲਬ ਜਗਦਾ ਮੇਰੇ ਸ਼ਹਿਰ ਟੋਰਾਂਟੋ ਦੀ ਸ਼ਾਨ ਮੇਰਾ ਵੀਰ ਬਹੁਤ ਵਧੀਆ ਸਿੰਗਰ ਨੇ ਪਹਿਲਾਂ ਪਰਫੋਰਮ ਕੀਤਾ ਤੁਹਾਡੇ ਵਾਸਤੇ ਬਾਈ ਜੀ ਧੰਨਵਾਦ ਭਰਾ ਨੇ ਆਪਣੇ ਇਹਨਾਂ ਦਾ ਸਟੂਡੀਓ ਹਮੇਸ਼ਾ ਬਹੁਤ ਸਾਰੇ ਗੀਤ ਜਿਹੜੇ ਮੈਂ ਗਾਏ ਨੇੜੇ ਹਿੱਟ ਹੋਏ ਨੇ ਇਹਨਾਂ ਦੇ ਸਟੂਡੀਓ 'ਚ ਜ਼ਿਆਦਾ ਰਿਕਾਰਡਿੰਗ ਕਰੀ ਦੀ ਹੈ ਅਤੇ ਨਾਲੇ ਸ਼ਾਮ ਨੂੰ ਵਾਈਨ ਵੀ ਬਣਾਉਂਦੇ ਆ ਫਿਰ ਇਹ ਸਭ ਤੋਂ ਵਧੀਆ ਗੱਲ ਹੈ ਸੋ ਸ਼ੁਰੂ ਕਰੀਏ ਫਿਰ ਲਓ ਜੀ ਦੋ ਬੋਤਲਾਂ ਮੁਰਗਾ ਲੈ ਕੇ ਮੋਟਰ ਉੱਤੇ ਆ ਜਾਓ ਸਟੋਰੀ ਆਵੇ ਕੁੜੀ ਕੁੜੀ ਨੂੰ ਮੁੰਡਾ ਆਈਲੈਟਸ ਕਰਾਉਂਦਾ ਰਿਹਾ ਉਹਦੇ ਕਿਤੇ ਬੈਂਡ ਘਟ ਗਿਆ ਕੈਨੇਡਾ ਆਉਣ ਨੂੰ ਉਹਨੇ ਖੇਤ ਵੇਚ ਕੇ ਵਿਚਾਰੇ ਨੇ ਲਾਤਾ ਵੀ ਕੁੜੀ ਕਿਸੇ ਤਰ੍ਹਾਂ ਬਾਹਰ ਚੱਲੇ ਮਗਰ ਮੈਂ ਵੀ ਚੱਲ ਜਾਊਂ ਉਹਨੇ ਦੇਖਿਆ ਕੁੜੀ ਨੇ ਵੀ ਬੈਂਡ ਆ ਗਿਆ ਘੱਟ ਵੀ ਬਾਹਰ ਕੈਨੇਡਾ ਦਾ ਨਹੀਂ ਮਿਲਣਾ ਕੋਈ 45-46 ਸਾਲ ਦਾ NRI ਇੱਥੋਂ ਗਿਆ ਸੀ ਉਹਦੀ ਉਹਦੇ ਨਾਲ ਮੰਗਣੀ ਹੋ ਗਈ ਉਹਦਾ ਖੇਤ ਵਿਕ ਗਿਆ ਉਹ ਵਿਚਾਰੀ ਉਹ ਆਰਾਮ ਨਾਲ ਵਿਆਹ ਕਰਾ ਕੇ ਕੈਨੇਡਾ ਵੜੀ ਉਹ ਪਿੱਛੇ ਰਹਿ ਗਿਆ ਖੇਤ ਵੇਚ ਕੇ ਲੰਡੇ ਦਾ ਲੰਡਾ ਉਹ ਫਿਰ ਮਿੱਤਰਾਂ ਨੂੰ ਤੁਹਾਡੇ ਵਰਗਿਆਂ ਨੂੰ ਫੋਨ ਕਰਦਾ ਸ਼ਾਮ ਨੂੰ ਕਹਿੰਦਾ ਸਟੋਰੀ ਸੁਣੋ ਕਹਿੰਦਾ ਮੇਰਾ ਦੁੱਖ ਆ ਗਿਆ ਕਹਿੰਦਾ ਦੋ ਬੋਤਲਾਂ ਮੁਰਗਾ ਲੈ ਕੇ ਮੋਟਰ ਉੱਤੇ ਆ ਜਾਓ ਯਾਰ ਤੁਹਾਡੇ ਦਾ ਦਿਲ ਟੁੱਟ ਗਿਆ ਕੋਈ ਆ ਕੇ ਦਰਦ ਵੰਡਾ ਜਾਓ
ਕਹਿੰਦਾ ਗਿਫਟਾਂ ਵਿੱਚ ਵੀ ਖੇਤ ਚਲੇ ਗਏ ਗਿਫਟਾਂ ਵਿੱਚ ਵੀ ਖੇਤ ਚਲੇ ਗਏ ਪਿਛਲੇ ਸਾਲ ਕਮਾਦੀ ਦੇ ਛਪੇ ਛਪਾਏ ਰਹਿ ਗਏ ਕਾਰਡ ਮੇਰੀ ਸ਼ਾਦੀ ਦੇ ਕੋਈ ਇਨਾ ਰਾਈ ਆ ਗਿਆ ਪਸੰਦ ਤੁਹਾਡੀ ਭਾਬੀ ਦੇ ਛਪੇ ਛਪਾਏ ਰਹਿ ਗਏ ਕਾਰਡ ਮੇਰੀ ਸ਼ਾਦੀ ਦੇ ਕੋਈ ਇਨਾ ਰਾਈ ਆ ਗਿਆ ਪਸੰਦ ਤੁਹਾਡੀ ਭਾਬੀ ਦੇ ਅੱਗੇ ਕਹਿੰਦਾ ਕਹਿੰਦਾ ਸਾਡੇ ਨਾਲ ਲਾ ਕੇ ਸਾਈਆਂ ਓਏ ਕੋਈ ਲੈ ਗਿਆ ਹੋਰ ਵਧਾਈਆਂ ਓਏ ਮੈਂ ਚੰਗਾ ਰਹਿ ਗਿਆ ਰਾਂਝੇ ਵਾਂਗੂ ਮੱਝਾਂ ਨਹੀਂ ਚਰਾਈਆਂ ਓਏ ਬੜੇ ਦਿਖਾਏ ਨਾਲ ਲਿਜਾ ਉਹਨੂੰ ਮਿੱਤਰੋ ਮੇਲੇ ਮਾਘੀ ਦੇ ਛਪੇ ਛਪਾਏ ਰਹਿ ਗਏ ਕਾਰਡ ਮੇਰੀ ਸ਼ਾਦੀ ਦੇ ਕੋਈ ਇਨਾ ਰਾਈ ਆ ਗਿਆ ਪਸੰਦ ਤੁਹਾਡੀ ਭਾਬੀ ਦੇ ਕਈ ਵਾਰੀ ਧੱਕਾ ਹੋ ਜਾਂਦਾ ਕੋਈ ਚੱਕਰ ਨਹੀਂ ਪੰਜਾਬੀ ਧੱਕਾ ਝੱਲ ਕੇ ਵੀ ਕਾਮਯਾਬ ਹੋ ਜਾਂਦੇ ਆ ਚਿੱਟਾ ਪਹਿਲਾ ਚਿੱਟਾ ਕਰੋ ਹੁਣ ਫਿਰ ਸ਼ੁਰੂ ਕਰੀਏ ਮੁੰਡਿਆਂ ਨੂੰ ਕਰਨਾ ਖੁਸ਼ ਕਰਨਾ ਸ਼ੁਰੂ ਕਰੀਏ ਆ ਜਾ ਨੀ ਬਹਾਨ ਭਾਜੀ ਤੁਹਾਨੂੰ ਦੇਖਦੇ ਰਹਿੰਦੇ ਟਿਕਟੋਕ ਤੇ ਬਹੁਤ ਅੱਛਾ ਬੋਲਦੇ ਆ ਤੁਸੀਂ ਬਹੁਤ ਵਧੀਆ ਜਿਹੜਾ ਬੰਦਾ ਮਿਹਨਤ ਕਰਕੇ ਇਕੱਠੀ ਨੌਲੇਜ ਇਕੱਠੀ ਕਰਕੇ ਬੋਲਦਾ ਮੈਨੂੰ ਹਮੇਸ਼ਾ ਚੰਗਾ ਲੱਗਦਾ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਕਲਾਕਾਰਾਂ ਦੇ ਮਗਰ ਬਹੁਤ ਜਲਦੀ ਜਾਂਦਾ ਪੈਂਦੀ ਹੈ ਬਾਈ ਮੈਨੂੰ ਪਤਾ ਨਾ ਬਿਲਕੁਲ ਮੈਂ ਜਦੋਂ ਬੰਦਾ ਪਛਾਣ ਲਿਆ ਨਾ ਤਾਂ ਪਤਾ ਹੀ ਹੋ ਅੱਛਾ ਮੈਂ ਸੋਚਦਾ ਤੁਸੀਂ ਕਿਤੇ ਯੂਰਪ ਚ ਰਹਿੰਦੇ ਆ ਇੰਦੀ ਜਸਵਾਲ ਛੋਟਾ ਵੀਰ ਤਾੜੀ ਮਾਰੋ ਇਹਨਾਂ ਦੇ ਨਾਮ ਤੇ ਬਹੁਤ ਅੱਛੀਆਂ ਟਿਕਟੋਕ ਤੇ ਵੀਡੀਓ ਪਾਉਂਦੇ ਬਹੁਤ ਵਧੀਆ ਕਲਾਕਾਰਾਂ ਦੇ ਬਹੁਤ ਕੱਪੜੇ ਲਾਉਂਦੇ ਭਰਾਵਾ ਮੇਰੇ ਬਿੰਨ ਤੋਂ ਪਹਿਲੇ ਹੀ ਲੋਕ ਨਹੀਂ ਜੀਣ ਦਿੰਦੇ ਆ ਜਾ ਨੀ ਇੱਥੋਂ ਸ਼ੁਰੂ ਕਰੀਏ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਐਬਸ ਫੋਟ ਵਾਲਿਆਂ ਨੂੰ ਮੁਖੜਾ ਦਿਖਾਉਣ ਦੇ ਲਈ ਤੇਰੇ ਲਈ ਮੈਂ ਲੈਂਗਲੀ ਚ ਵੀ ਦਿੱਤੀ ਸਰੋਂ ਗੰਦਲਾਂ ਦਾ ਸਾਗ ਖਵਾਉਣ ਦੇ ਲਈ ਕਹਿੰਦਾ ਤੂੰ ਨਹਿਰ ਤੱਕ ਸੈਰ ਕਰਨ ਰੋਜ਼ ਜਾਨੀ ਐ ਨਿਖਰਦੀ ਜਾਨੀ ਐ ਕਿਹੜੀ ਚੱਕੀ ਦਾ ਆਟਾ ਖਾਨੀ ਐ ਪੰਜਾਬ 'ਚ ਸਾਰੇ ਆਟਿਆਂ ਦੇ ਬ੍ਰਾਂਡ ਆਪਣੇ ਘਰ ਦੇ ਹੁੰਦੇ ਸੀ ਇੱਥੇ ਹੀ ਬਰਾੜ ਆਟਾ ਚੱਲਦਾ ਸ਼ੇਰ ਠੀਕ ਹੈ ਦੋ ਰਾਟੇ ਆ ਗਏ ਸ਼ੇਰ ਤੇ ਬਰਾੜ ਤੂੰ ਨਹਿਰ ਤੱਕ ਸੈਰ ਕਰਨ ਰੋਜ਼ ਜਾਨੀ ਐ ਨਿਖਰਦੀ ਜਾਨੀ ਐ ਕਿਹੜੀ ਚੱਕੀ ਦਾ ਆਟਾ ਖਾਨੀ ਐ ਇੰਜ ਕੂਰ ਕੂਰ ਕੇ ਨਾ ਦੇਖੋ ਜਨਾਬ ਜੀ ਕੱਲੀ ਤੁਹਾਡੇ ਤੇ ਨਹੀਂ ਸਾਡੇ ਤੇ ਵੀ ਆਈ ਜਵਾਨੀ ਐ ਪਰ ਮੁੰਡਿਆਂ ਨਾਲ ਕੀ ਹੁੰਦਾ ਸਾਡੀ ਜਵਾਨੀ ਨੂੰ ਕਿਸੇ ਨੇ ਗੋਲਿਆ ਹੀ ਨਹੀਂ ਤੇਰੀ ਜਵਾਨੀ ਗੱਭਰੂਆਂ ਦੀ ਪਰੇਸ਼ਾਨੀ ਐ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਮੇਰੇ ਬੜੇ ਪਿਆਰੇ ਮਿੱਤਰ ਬਿੱਲਾ ਭਾਜੀ ਅਪਰੇ ਤੋਂ ਕਿਆ ਬਾਤ ਹੈ ਤੇ ਰਿੰਕੂ ਸਾਹਿਬ ਵੀ ਪਹੁੰਚੇ ਹੋਏ ਨੇ ਥੈਂਕ ਯੂ ਭਾਜੀ ਸ਼ੁਰੂ ਕਰੀਏ ਰੈਡੀ ਮੁੰਡਿਆ ਤੇਰਾ ਲੂ ਚੱਕ ਦੇ ਫਟੇ 1 2 3 ਯਾਰ ਬਤਾ ਸਾਊਂਡ ਵਾਲਾ ਕਿੱਥੇ ਸਾਊਂਡ ਵਾਲਾ ਬਹਾਨਾ ਲੱਗ ਸੈਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਆ ਜਾ ਨੀ ਬਹਾਨਾ ਲੱਗ ਸੈਰ ਦਾ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਤੇਰੇ ਲਈ ਮੈਂ ਤੇਰੇ ਲਈ ਮੈਂ
ਤੇਰੇ ਲਈ ਮੈਂ ਸਰੀ ਵਿੱਚ ਬੀਜਤੀ ਸਰੋਂ ਤੇਰੇ ਲਈ ਮੈਂ ਸਰੀ ਵਿੱਚ ਬੀਜਤੀ ਸਰੋਂ ਗੰਦਲਾਂ ਦਾ ਸਾਗ ਖਵਾਉਣ ਦੇ ਆ ਜਾ ਨੀ ਬਹਾਨਾ ਲਾ ਕੇ ਸਹਿਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸਹਿਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਉਜੋ ਹੈ ਤਾਂ ਕਰ ਕਮਾ ਜਦੋਂ ਤੱਕ ਹੱਥ ਨਹੀਂ ਖੜਾ ਕਰਦੇ ਮੈਂ ਅਗਲੀਆਂ ਲਾਈਨਾਂ ਗਾਉਣੀਆਂ ਨਹੀਂ ਉਜੋ ਹੈ हवामा मौसम प्यार दा थोड़ा जिहा कर ले ख्याल यार बगना हवामा मौसम प्यार दा थोड़ा जिहा कर ले ख्याल यार दा हो कदों दरबार आना मेरी जान ने कदों दरबार आना मूर्ति खड़ाया दीद पाउण दे लई आ जा नी बहाना लग सैर दा करो तेरा भी मुकड़ा मुखड़ा दिखाउण दे लई मिल चों खरीदी मैं मेले चो खरीदी मैं पर आंदी एक नी आ जा मैं सजाउणी तेरे वाला विच नी मेले चो खरीदी मैं पर आंदी एक नी आ जा मैं सजाउणी तेरे वाला विच सारा दिन वेला रखी जेलदार लई सारा दिन वेला रखी जेलदार लेके जाना शिमला घुमाउण दे लई आ जा मित्रां नूं मुखड़ा आजानी बहाना लग सैर दा करो मित्रां नूं मुखड़ा दिखाउण दे लई आजानी बहाना लग सैर दा करो मित्रां नूं मुखड़ा दिखाउण दे लई आजानी बहाना लग सैर दा करो मित्रां नूं मुखड़ा दिखाउण दे वाह पिछे तक पूरी आवाज सुन दी जी खुल के अगे आ जाओ थोड़े जे होर।